हाँ जी, अस्सलाम वालेकुम दोस्तों। फिर ਤੁਹਾਡਾ अपना अब्दुल रहमान ਵਲੌਗਰ आ गया वा नवे ਵਲੌਗ ਦੇ ਨਾਲ। ਤੇ ਅਸੀਂ आए हुए हैं अज, ਅਸੀਂ अपने दोस्त को आए हुए हैं ਤੇ ਉਹਨੂੰ ਕਹਿਣ ਲੱਗੇ ਆ ਕੋਈ ਸਾਨੂੰ अच्छी जी एक्टिंग करके ਵਿਖਾਵੇ। ਤੇ ਅਸੀਂ ਵੀ ਬੋਰ ਹੋ ਗਏ ਸੀ ਸ਼ਹਿਰ ਦੇ ਵਲੌਗ ਬਣਾ ਬਣਾ ਕੇ। ਤੇ ਹੇ ਪਰ ਇਹਦਾ ਕੋਈ ਟੂਰ ਨਹੀਂ ਲੱਗਦਾ ਪਿਆ, ਪਰ ਇਹਦਾ ਟੂਰ ਲੱਗਿਆ ਫੇਰ ਤੁਹਾਨੂੰ ਭਰਾਵਾਂ ਨੂੰ ਚੰਗਾ ਆ। ਤੇ ਗਰਮੀ ਵੀ ਬੜੀ ਆ ਅੱਜ, ਤੇ ਅਸੀਂ ਅੱਜ ਫੇਰ ਆਏ ਹੋਏ ਆ ਆਪਣੇ ਦੋਸਤ ਕੋ। ਤੇ ਜਲਦੀ ਜਲਦੀ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕੰਟੀਨਿਊ ਤੁਸੀਂ ਦਬਾਣਾ ਨਹੀਂ ਭੁੱਲਣਾ। ਤੇ ਅਸੀਂ ਉਹਨੂੰ ਕਹਿੰਦੇ ਆ ਕੋਈ ਅੱਜ ਸਾਨੂੰ ਕਰਕੇ ਵਿਖਾਵੇ ਸੋਹਣੀ ਜੀ ਐਕਟਿੰਗ, ਤੇ ਜਿਹਦੇ ਨਾਲ ਸਾਰੇ ਭਰਾ ਹੋ ਜਾਣ ਖੁਸ਼। ਤੇ ਅੱਜ ਤੁਹਾਨੂੰ ਮੈਂ ਸੋਹਣੀ ਜੀ ਐਕਟਿੰਗ ਕਰਕੇ ਉਹਦੇ ਕੋਲੋਂ ਦੋਸਤ ਕੋਲੋਂ ਕਰਾ ਕੇ ਵਿਖਾਉਂਦਾ ਵਾਂ। ਤੇ ਆਹ ਵੇਖੋ ਮੈਂ ਅੱਜ ਖੜੋਤਾ ਵਾਂ ਉੱਤੇ, ਮਤਲਬ ਛੱਤ ਦੀਆਂ ਪੌੜੀਆਂ ਲੱਗਦੀਆਂ। ਆਹ ਵੇਖੋ ਆਹ ਸਾਰਾ ਡੇਰਾ ਵਾ ਜੀ ਇਹਦਾ। ਆਹ ਵੇਖੋ ਕਿੱਡਾ ਮਸ਼ਨ ਥੱਲੇ ਖੂਬਸੂਰਤ ਜਿਹਾ ਵਾ, ਤੇ ਉੱਤੇ ਟਾਲੀ ਦਰਖਤ ਲੱਗਿਆ ਹੋਇਆ ਥੱਲੇ ਚਾਵਲਾਂ ਦੀ ਫਸਲ। ਤੇ ਆਪਾਂ ਹੁਣ ਉਹਦੇ ਕੋਲ ਜਾਂਦੇ ਹਾਂ, ਸਾਨੂੰ ਕੋਈ ਅੱਛੀ ਜਿਹੀ ਐਕਟਿੰਗ ਕਰਕੇ ਵਿਖਾਊਗਾ, ਵੇਖਦੇ ਹਾਂ ਸਾਨੂੰ ਕਿਹੜੀ ਐਕਟਿੰਗ ਕਰਕੇ ਵਿਖਾਉਂਦਾ ਵਾ। ਤੇ ਜਲਦੀ ਜਲਦੀ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਓ। ਤੇ ਆਪਾਂ ਉਹਦੇ ਕੋਲ ਜਾਂਦੇ ਹਾਂ, ਉਹਨੂੰ ਕਹਿੰਦੇ ਹਾਂ ਕੋਈ ਅੱਛੀ ਜਿਹੀ ਐਕਟਿੰਗ ਕਰਕੇ ਵਿਖਾਵੇ, ਤੇ ਜੇ ਨਾ ਮੇਰੇ ਭਰਾ ਸਾਰੇ ਖੁਸ਼ ਹੋ ਜਾਣ। ਤੇ ਹੁਣ ਆਪਾਂ ਉਹਦੇ ਕੋਲ ਸੋਹਣੀ ਐਕਟਿੰਗ ਕਰਾਉਂਦੇ ਆ, ਤੇ ਬਿਨਾਂ ਦੇਰ ਕੀਤੇ। ਵਾਹ ਭਾਈ, ਕੀ ਹਾਲ ਚਾਲ ਆ, ਠੀਕ ਠਾਕ ਹੋ? ਮੈਂ ਰਾਣਾ ਸਾਖੇ ਵਾਲੀ ਗੱਲ ਕਰ ਰਿਹਾ ਹਾਂਗਾ। ਹਾਂ ਸ਼ੁਕਰ ਅੱਲਾ, ਸਭ ਖੈਰ ਖਰੀ ਤੇ। ਯਾਰ ਬੱਕਰੇ ਲੈਣੇ ਹੈਗੇ ਤਲਾ ਬਾਈ, ਦਸ ਦਸ ਕੁ ਬੱਚੇ। ਹਾਂਜੀ, ਦਸ ਬੱਚੇ ਲੈਣੇ ਆ, ਦਸ ਬੱਕਰੇ ਲੈਣੇ ਹੈਗੇ ਕਰਾਚੀ ਵਾਲੀ ਜਿਹੜੀ ਮੰਡੀ ਦੇ ਵਿੱਚ। ਤੁਹਾਨੂੰ ਪਤਾ ਤੁਸੀਂ ਰਹਿੰਦੇ ਹੈਗੇ, ਤਾਂ ਯਾਰ ਤੁਹਾਨੂੰ ਫੋਨ ਕੀਤਾ ਹੋਇਆ ਵੀ ਤੁਸੀਂ ਰਹਿੰਦੇ ਹੈ ਕਿੱਥੇ। ਯਾਰ ਮੇਰਾ ਭਰਾ ਜਿਹੜਾ ਵਾ, ਮੈਨੂੰ ਪਤਾ ਕਰਕੇ ਦੱਸ ਦੇ ਕੀ ਹਿਸਾਬ ਕਿਤਾਬ ਆ। ਨਹੀਂ ਇੱਥੇ ਵਾਲੇ ਬੱਕਰੇ ਜਿਹੜੇ ਹੈਗੇ ਉਹ ਸਸਤੇ ਹੈਗੇ ਆ, ਪਰ ਮਕਸਦ ਕਹਿੰਦਾ ਵਾ ਵੀ ਕੁਰਬਾਨੀ ਸਾਲ ਦੇ ਵਿੱਚ ਇੱਕ ਦਫਾ ਆਉਂਦੀ ਜੀਗੀ, ਅਤੇ ਕੁਰਬਾਨੀ ਬੰਦੇ ਨੂੰ ਚੰਗੀ ਦੇਣੀ ਚਾਹੀਦੀ ਹੈਗੀ। ਦਸ ਬੱਕਰੇ, ਦਸ ਜਿਹੜੇ ਹੈਗੇ ਆਪਣੇ ਬੱਚੇ ਜਿਹੜੇ ਹੈਗੇ ਉਹ ਲੈਣੇ ਹੈਗੇ। ਅਤੇ ਬੱਕਰੇ ਜਿਹੜੇ ਹੈਗੇ ਕੋਈ ਮਸਾ ਨਹੀਂ, 50 ਦਾ ਹੋਵੇ ਲੱਖ ਦਾ ਹੋਵੇ ਪਰ ਆ ਗਏ ਪੈਸੇ। ਅਤੇ ਬਾਕੀ ਰਹਿ ਗਏ ਤੁਹਾਨੂੰ ਪਤਾ ਹੀ ਆ, ਕੋਈ 6-7 ਦਿਨ ਰਹਿ ਗਏ ਹੈਗੇ, ਸੁਬਹਾ ਮੈਂ ਤੁਹਾਡੇ ਨਾਲ ਆਉਂਦਾ ਗੱਲਾਂ ਖੈਰ ਕੇ। ਹਾਂਜੀ, ਅਤੇ ਜਲਦੀ ਜਿਹੜਾ ਮੈਨੂੰ ਸ਼ਾਮ ਤੱਕ ਦੱਸ ਵੀ ਕੀ ਹਿਸਾਬ ਕਿਤਾਬ ਹੈਗਾ, ਅਤੇ ਕਿੱਦਣ ਮੰਡੀ ਲੱਗਦੀ ਹੈਗੀ। ਮੰਡੀ ਕਿੱਦਣ ਲੱਗਦੀ ਆ? ਅੱਛਾ, ਮੰਡੀ ਲੱਗਦੀ ਜੁੰਮੇ ਵਾਲੇ ਦਿਨ, ਇਹਦਾ ਮਤਲਬ ਸੁਬਹਾ ਨੂੰ ਨਿਕਲਣਾ ਪਏਗਾ ਸਾਨੂੰ। ਰਾਤ ਦੱਸ ਤੇਰੇ ਕੋਲ ਆ, 10 ਕੁ ਬੱਚੇ ਲੈਣੇ ਅਤੇ 10 ਬੱਕਰੇ ਆ ਮੰਡੀ 'ਚ ਲੈਣੇ ਹੈਗੇ, ਇੱਥੇ ਜਿਹੜੀ ਕਰਾਚੀ ਵਾਲੀ ਹੈਗੀ। ਤੂੰ ਪਤਾ ਕਰਨਾ ਵਾ ਅਤੇ ਮੈਨੂੰ ਦੱਸਣਾ ਵਾ, ਸੁਬਹਾ ਨੂੰ ਮੈਂ ਨਿਕਲ ਪੈਣਾ ਵਾ। ਠੀਕ ਹੋ ਗਿਆ, ਸਹੀ ਹੋ ਗਿਆ, ਓਕੇ। ਅਤੇ ਹਾਂਜੀ, ਆਏ ਸੀਗਾ ਅੱਜ ਦਾ ਸਾਡਾ ਵਲੌਗ। ਅਗਰ ਅੱਜ ਦਾ ਸਾਡਾ ਵਲੌਗ ਚੰਗਾ ਲੱਗਿਆ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰਨਾ। ਜਲਦੀ ਮਿਲਦੇ ਹਾਂ ਨਵੇਂ ਵਲੌਗ 'ਚ, ਤਬ ਤੱਕ ਲਈ ਅੱਲਾ ਹਾਫਿਜ਼। ਸ਼ੁਕਰੀਆ ਆਪਣਾ ਭਰਾ, ਖਿਆਲ ਰੱਖਿਓ, ਅਤੇ ਆਪਣੇ ਅਬਦੁਲ ਰਹਿਮਾਨ ਵਲੌਗਰ ਨੂੰ ਦਿਓ ਇਜਾਜ਼ਤ। ਅਤੇ ਗਰਮੀ ਬੜੀ ਹੋ ਚੁੱਕੀ ਆ।